TikTok needs to go. It's been ordered to shut down its business operations in Canada. It is better to not have them access TikTok because of the concerns. Canadian government says TikTok must close its offices in Vancouver and Toronto. We came to the conclusion that these activities that were conducted in Canada by TikTok and their offices would be injurious to national security. ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਕੀ ਹਾਲ ਜੀ ਸਾਰਿਆਂ ਦਾ ਅੱਜ ਗੱਲ ਕਰਾਂਗੇ TikTok ਦੀ ਜਿਹੜੀ ਕੈਨੇਡਾ ਦੇ ਵਿੱਚ TikTok ਹੈਗੀ ਆ ਕੈਨੇਡਾ ਗਵਰਨਮੈਂਟ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਆ ਇਹ ਫੈਸਲੇ ਵਿੱਚ ਕੈਨੇਡਾ ਗਵਰਨਮੈਂਟ ਨੇ ਕਿਹਾ ਆ ਵੀ ਇਹਦੇ TikTok ਦੇ ਜਿੰਨੇ ਆਫਿਸਿਸ ਹੈਗੇ ਆ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਬੰਦ ਕਰ ਦਿੱਤੇ ਗਏ ਆ ਤੇ ਜਿੰਨਾ ਵੀ ਵਪਾਰ TikTok ਦੇ ਥਰੂ ਹੋ ਰਿਹਾ ਸੀਗਾ ਉਹ ਸਾਰਾ ਕੁਝ ਬੰਦ ਕਰਤਾ ਹਾਲਾਂਕਿ ਫਿਲਹਾਲ ਦੀ ਡੇਟ ਦੇ ਵਿੱਚ ਜਿਹੜਾ TikTok ਐਪ ਹੈਗੀ ਆ ਉਹਨੂੰ ਆਪਣੇ ਔਨ ਰੱਖਿਆ ਆ ਕਿਉਂਕਿ ਇੱਥੇ ਇਦਾਂ ਹੁੰਦਾ ਆ ਵੀ ਜਦੋਂ ਵੀ ਕੋਈ ਵੱਡਾ ਆਪਰੇਸ਼ਨ ਸ਼ਟਡਾਊਨ ਹੁੰਦਾ ਪਹਿਲਾਂ ਨਾਲ ਨੂੰ ਇੰਟੀਮੇਸ਼ਨ ਕਰਦੇ ਆ ਤੇ ਉਹ ਛੋਟੇ ਛੋਟੇ ਚੀਜ਼ਾਂ ਸ਼ਟਡਾਊਨ ਕਰਦੇ ਆ ਤੇ ਸੂਨ ਕੈਨੇਡਾ ਦੇ ਵਿੱਚ TikTok ਬੈਨ ਹੋਣ ਜਾ ਰਹੀ ਆ ਤੁਸੀਂ ਵੀ ਧਿਆਨ ਰੱਖੋ ਜੋ ਵੀ ਤੁਹਾਡਾ ਆਪਦਾ ਡਾਟਾ ਹੈਗਾ ਆ ਸੇਵ ਕਰ ਲਓ US ਦੇ ਵਿੱਚ ਤਾਂ ਪਹਿਲਾਂ ਹੀ ਕੇਸ ਚੱਲੀ ਜਾਂਦਾ ਆ ਤੇ TikTok ਦੇ ਵਿੱਚ ਕੇਸ ਵਾਲਾ ਕੋਈ ਕੰਮ ਨਹੀਂ ਹੈਗਾ ਇਹਨਾਂ ਨੇ ਸਿੱਧਾ ਹੀ ਬੈਨ ਕਰਨਾ ਹੈਗਾ ਕਿਉਂਕਿ ਇਹ ਖਬਰ ਜਿਹੜੀ ਆ ਬਹੁਤ ਜ਼ਿਆਦਾ ਇੰਪੋਰਟੈਂਟ ਤਾਂ ਕਰਕੇ ਆ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਆ ਡਾਟਾ ਲੀਕ ਨੂੰ ਲੈ ਕੇ ਆ ਧਿਆਨ ਰੱਖੋ ਤੁਹਾਡੇ ਜਿੰਨਾ ਵੀ ਡਾਟਾ ਹੈਗਾ ਤੁਹਾਡਾ ਸੇਵ ਕਰ ਲਓ ਅਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਇੱਕ ਪਲੈਟਫਾਰਮ 'ਤੇ ਹੈਗੇ ਹਾਂ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੰਸਟਾਗ੍ਰਾਮ ਯੂਟਿਊਬ ਫੇਸਬੁੱਕ TikTok 'ਤੇ ਬਾਕੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਿਰ ਮਿਲਦੇ ਹਾਂ ਸ਼ਬਾ ਖੈਰ